ਕੀਤਾ ਜਾਵੇ। ਉਹਦੇ ਕੋਲ ਜ਼ਿਲ੍ਹਿਆਂ ਦੇ ਹਿਸਾਬ ਨਾਲ ਪਿੰਡ ਸਾਰਾ ਸਾਰੀ ਸਾਰੀ ਜਿਹੜੀ ਜਿਹੜੀ ਆ ਉਹਦੇ ਵਿੱਚ ਕੀ ਆ ਘਰ ਦੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 20 ਜ਼ੋਨ ਚੱਲਦੇ, ਜਿੱਦਾਂ ਤੁਹਾਡਾ ਤੁਹਾਡਾ ਚਗਾਵਾ ਜ਼ੋਨ ਆ, ਇਹਦਾ ਲੋਕੋ ਕੁ ਜ਼ੋਨ ਆ, ਇਹਦੇ ਅੰਮ੍ਰਿਤਸਰ ਦੇ ਵਿੱਚ 20 ਜ਼ੋਨ ਚੱਲਦੇ। ਹਾਂ, ਇਹ ਮੀਟਿੰਗ ਜਿਹੜੀ ਆ ਕੀਤੀ ਗਈ ਹੈ, ਜਿੱਦਾਂ ਉੱਥੇ ਬਾਰਡਰਾਂ ਦੇ ਜਿਹੜੇ ਮੋਰਚੇ ਲੱਗੇ, ਕਿਸਾਨਾਂ ਮਜ਼ਦੂਰਾਂ ਦੀ ਮੰਗਾਂ ਨੂੰ ਲੈ ਕੇ ਮੋਰਚਾ ਲੱਗਾ ਹੈ, ਉਹਦੇ ਸੰਬੰਧ ਦੇ ਵਿੱਚ, ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਉੱਥੇ ਜਿਹੜੀ ਪਲੈਨਿੰਗ ਦੇ ਨਾਲ ਸ਼ੁਰੂ ਕੀਤਾ ਗਿਆ, ਹਰ ਜ਼ਿਲ੍ਹੇ ਨੂੰ 20-20 ਦਿਨ ਦਾ ਟਾਰਗੇਟ ਦਿੱਤਾ ਜਾ, 20 ਦਿਨ ਰਹਿਣਗੇ ਉੱਥੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਲੱਗਾ। ਹੁਣ ਸਾਡੇ 17 ਦਿਨ ਅਸੀਂ ਬਾਅਦ ਜਾ ਰਹੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ, ਅਸੀਂ ਦੋ ਗਰੁੱਪ ਬਣਾਏ ਆ, ਜਿਹੜਾ ਚੜ੍ਹਦਾ ਪਾਸਾ ਹੈ ਉਹ ਸਾਡੇ ਅੰਮ੍ਰਿਤਸਰ ਦੇ ਵਿੱਚ 20 ਜ਼ੋਨ ਹੈ ਸਾਡੇ ਕੋਲ, 10 ਜ਼ੋਨ ਜਿਹੜੇ ਆ ਉਹ ਆ 20 ਅਗਸਤ ਨੂੰ ਜਾਣਗੇ, ਅਤੇ ਆ ਬਾਰਡਰ ਏਰੀਏ ਦੇ ਜਿਹੜੇ 10 ਜ਼ੋਨ ਆ ਇਹ 30 ਅਗਸਤ ਨੂੰ ਜਾ ਕੇ ਉੱਥੇ ਅਗਲੇ 11 ਤਰੀਕ ਨੂੰ ਜਿਹੜੇ ਆ ਬਾਅਦ ਦੇ ਵਿੱਚ ਸਤੰਬਰ ਦੇ ਵਿੱਚ 11 ਸਤੰਬਰ ਤੱਕ ਜਿਹੜੇ ਉਹ ਵਾਪਸੀ ਹੋਣੀ ਆ। ਸੋ ਇਹ ਕਿਉਂਕਿ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵਾਸਤੇ ਮੋਰਚਾ ਲੱਗਾ ਹੈ, ਜਿੰਨਾ ਚਿਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਨਾ ਚਿਰ ਮੋਰਚਾ ਜਿਹੜਾ ਜਾਰੀ ਰਹੂਗਾ ਆਪਣੀ ਮੰਗਾਂ ਮਨਾਉਣ ਵਾਸਤੇ, ਉਹਦੇ ਵਾਸਤੇ ਲੰਮੀ ਪਲੈਨਿੰਗ ਦੇ ਨਾਲ ਜਿਹੜਾ ਮੋਰਚਾ ਚੱਲ ਰਿਹਾ। ਸੋ ਅਸੀਂ ਵੀ ਜਿਹੜੀ ਆ 30 ਅਗਸਤ ਨੂੰ ਜਿਹੜਾ ਬਾਰਡਰ ਏਰੀਆ ਸਾਡਾ ਜਾ ਰਿਹਾ, ਉਸ ਤੋਂ ਪਹਿਲਾਂ 15 ਅਗਸਤ ਨੂੰ ਟਰੈਕਟਰ ਮਾਰਚ ਕਰਕੇ ਅਸੀਂ ਟਾਰੀ ਬਾਰਡਰ ਤੋਂ ਜਿਹੜਾ ਸ਼ੁਰੂ ਕਰਨਾ, 9 ਵਜੇ ਟਾਰੀ ਬਾਰਡਰ ਤੋਂ ਟਰੈਕਟਰ ਮਾਰਚ ਸ਼ੁਰੂ ਕਰਾਂਗੇ, ਗੋਲਡਨ ਗੇਟ 'ਤੇ ਜਾ ਕੇ ਜੋ ਸਰਕਾਰ ਦੇ ਕਾਨੂੰਨ ਨੇ ਸਿਰ 'ਤੇ ਥੋਪਣ ਜਾ ਰਹੀ ਆ ਉਹਦੀਆਂ ਕਾਪੀਆਂ ਉੱਥੇ ਸਾੜ ਕੇ ਸਰਕਾਰ ਦੇ ਖਿਲਾਫ਼ ਵਿਰੋਧ ਕੀਤਾ ਜਾਊਗਾ। ਇਹ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਏਜੰਡਾ ਰੱਖਿਆ ਸੀ। ਧੰਨਵਾਦ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।